ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਭਰਾ ਬਸ਼ਰ ਚਿਰਾਗ ਵੱਟੂ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਅਤੇ ਦੋਸਤੋ, ਅੱਜ ਤੁਹਾਨੂੰ ਦਿਖਾ ਰਿਹਾ ਜਨਾਬ ਐਗਰੀ ਮਾਸਟਰ 554 ਪਲੱਸ, ਅਤੇ ਇਹ ਟਰੈਕਟਰ ਜਨਾਬ ਬਹੁਤ ਸੀ ਤਬਦੀਲੀਆਂ ਦੇ ਨਾਲ ਦੁਬਾਰਾ ਆਇਆ ਜੀ। ਇਹਦੇ 'ਚ ਮੇਨ ਤਾਂ ਤੁਹਾਨੂੰ ਇਹਦੀ ਸ਼ੋ ਵਗੈਰਾ ਵੀ ਚੇਂਜ ਲੱਗ ਰਹੀ ਹੈ। ਅਤੇ ਇਹਦਾ ਜਨਾਬ ਇਹਨੂੰ ਦਿੱਤਾ ਗਿਆ ਜੀ YTO ਦਾ ਡੀਜ਼ਲ ਪੰਪ, ਠੀਕ ਹੈ ਜੀ। ਅਤੇ ਫੀਚਰ ਬਹੁਤ ਸਾਰੇ ਜ਼ਿਆਦਾ ਨੇ, ਤੁਹਾਨੂੰ ਦੱਸਦੇ ਜਾਈਏ। ਨਾਲ ਫਿਊਲ ਟੈਂਕ ਵੀ ਵੱਡਾ ਕਰਤਾ ਗਿਆ ਪਹਿਲੇ ਨਾਲੋਂ, ਨਾਲੇ ਥੱਲੇ ਪਾਇਦਾਨ ਥੱਲੇ ਦੇ ਦਿੱਤਾ ਗਿਆ, ਵੇਟ ਵਗੈਰਾ ਵੀ ਦਿੱਤੇ ਗਏ ਨੇ ਟਰੈਕਟਰ ਦੇ ਨਾਲ। ਅਤੇ ਬਾਕੀ ਦੋਸਤੋ, ਟਰੈਕਟਰ ਦੀ ਉਚਾਈ ਵੀ ਕਾਫੀ ਜ਼ਿਆਦਾ ਹੈਗੀ ਹੈ, ਦੇਖ ਸਕਦੇ ਹੋ। ਬਾਕੀ ਜਿਹੜਾ ਕਲਰ ਕੰਪੀਟੀਸ਼ਨ ਹੈ ਨਾ, ਉਹ ਵੀ ਬਿਹਤਰੀਨ ਹੈਗਾ ਜੀ। ਬਲੈਕ ਰਿਮ ਕੀਤੇ ਗਏ ਨੇ ਵੇਟ ਰਿਮਾਂ ਦੇ ਨਾਲ, ਠੀਕ ਹੈ ਜੀ। ਕਨੋਪੀ ਰੋਲ ਬਾਰ ਮਜ਼ਬੂਤ ਦਿੱਤੀ ਗਈ ਹੈ, ਪਿਛਲਾ ਹਿੱਸਾ ਵੀ ਮਜ਼ਬੂਤ, ਲੈਂਕਾਂ ਵੀ ਤਗੜੀਆਂ, ਗੋਲੀਆਂ ਵੀ ਦੇ ਸਕਦੇ ਹੋ, ਬਿਹਤਰੀਨ ਕੁਆਲਿਟੀ ਹੈ ਜੀ। ਅਤੇ ਕੁਆਲਿਟੀ ਨੂੰ ਕੰਪਰੋਮਾਈਜ਼ ਕੰਪਨੀ ਨਹੀਂ ਕਰ ਰਹੀ, ਅਤੇ ਨਾਲ ਹਿੱਚ ਵੀ ਦੇ ਰਹੀ ਹੈ, ਠੀਕ ਹੈ। ਅਤੇ ਨਾਲੇ ਦੋਸਤੋ ਤੁਹਾਨੂੰ ਦਿਖਾਈਏ ਕਿ ਇਹਨੂੰ ਜਨਾਬ 14 ਦਾ ਟਾਇਰ ਦਿੱਤਾ ਗਿਆ ਹੈ, 14 ਦਾ ਟਾਇਰ ਸਾਈਜ਼, ਜਿਹੜਾ ਕਿ 60 ਟਰੈਕਟਰ ਨੂੰ ਜਾਂ ਗਾਜ਼ੀ ਨੂੰ ਆਉਂਦਾ ਹੈ। ਫਰੰਟ ਵੇਟ 60 ਕਿਲੋ ਦੇ ਵੇਟ ਨੇ ਜੀ ਟੋਟਲ, ਜਿਹੜੇ ਫਰੰਟ ਦਿੱਤੇ ਗਏ ਨੇ, ਤੁਸੀਂ ਦੇਖ ਸਕਦੇ ਹੋ 8 ਵੇਟ ਨੇ ਜੀ। ਬਾਕੀ ਨੰਬਰ ਪਲੇਟ ਵੀ ਅੱਗੇ ਲੱਗ ਸਕਦੀ ਹੈ, ਉਹਦੇ ਬਾਅਦ ਪਤਲੀ ਦਿੱਤੀ ਗਈ ਹੈ। ਐਕਸਲ ਮਜ਼ਬੂਤ ਕਰਤੇ ਗਏ ਨੇ, ਪਹਿਲੇ ਨਾਲੋਂ ਕਾਫੀ ਜ਼ਿਆਦਾ ਬਿਹਤਰੀ ਕੀਤੀ ਗਈ ਹੈ, ਇਹ ਦੇਖ ਸਕਦੇ ਹੋ ਤੁਸੀਂ। ਅਤੇ ਇੰਜਨ ਦੋਸਤੋ ਜਿਹੜਾ ਨਾ ਜੀ, ਇਹਦਾ 4 ਸਿਲੰਡਰ ਇੰਜਨ ਹੈ ਜੀ, ਅੱਛਾ ਅਤੇ ਮਿਆਰੀ। ਪਲੇਟਫਾਰਮ ਵੀ ਖੁੱਲ੍ਹਾ ਥੋੜ੍ਹਾ ਜਿਹਾ ਅੱਗੇ ਨਾਲੋਂ, ਅਤੇ ਪਿਛਲੇ ਹਿੱਸੇ ਜਿੰਨਾ ਜਿਹੜਾ ਦਿੱਤਾ ਗਿਆ ਇਹਦਾ ਹਾਈਡ੍ਰੋਲਿਕ ਵਾਲਾ ਟੈਂਕ, ਅਤੇ ਫਿਊਲ ਟੈਂਕ ਡਬਲ ਨੇ ਜੀ। ਤੁਹਾਨੂੰ ਪਹਿਲੇ ਦਿਖਾਇਆ, ਇੱਕ ਉੱਪਰ ਹੈਗਾ ਫਿਊਲ ਟੈਂਕ ਅਤੇ ਇੱਕ ਥੱਲੇ। HAC ਪੱਤਰੀ ਜਨਾਬ ਇੱਥੇ ਦਿੱਤੀ ਗਈ ਹੈ ਡੈਸ਼ਬੋਰਡ ਦੇ ਨਾਲ। ਆਹ ਥੱਲੇ ਵਾਲਾ ਫਿਊਲ ਟੈਂਕ ਤੁਸੀਂ ਦੇਖ ਸਕਦੇ ਹੋ। ਬਾਕੀ ਦੋਸਤੋ, ਇਸ ਟਰੈਕਟਰ ਦੇ ਇੰਜਨ ਆਇਲ ਜਿਹੜਾ 10 ਲੀਟਰ ਪੈਂਦਾ ਜੀ, ਠੀਕ ਹੈ ਜੀ। ਅਤੇ ਇੰਜਨ ਕਾਫੀ ਤਗੜਾ ਅਤੇ ਮਜ਼ਬੂਤ ਹੈ। ਅਤੇ ਜਿਹੜਾ ਜਨਾਬ ਥੱਲੇ ਇਹਦੇ ਦਿੱਤੀ ਗਈ ਹੈ ਸ਼ਾਫਟ 4x4 ਵਾਲੀ, ਉਹ ਵੀ ਕਵਰ ਕੀਤੀ ਗਈ ਹੈ ਮੁਕੰਮਲ ਤੌਰ 'ਤੇ। ਅਤੇ ਫਰੰਟ ਹਿੱਸਾ ਵੀ ਬਹੁਤ ਮਜ਼ਬੂਤ ਹੈਗਾ 4x4 ਵਾਲਾ, ਅਤੇ ਪਹਿਲੇ ਨਾਲ ਥੋੜ੍ਹਾ ਡਿਫਰੈਂਟ ਡਿਜ਼ਾਇਨ ਦਿੱਤਾ ਗਿਆ। ਟਰੈਕਟਰ ਨੂੰ ਦੇਖ ਕੇ ਲੱਗਦਾ ਨਹੀਂ ਕਿ 55 ਹਾਰਸ ਪਾਵਰ, ਵੇਖ ਤਾਂ ਲੱਗਦਾ ਤਕਰੀਬਨ ਕੋਈ 65 ਹਾਰਸ ਪਾਵਰ ਟਰੈਕਟਰ ਹੈਗਾ ਜੀ। ਬਾਕੀ ਦੋਸਤੋ, ਜਿਹੜਾ ਇਹਦਾ ਗੇਅਰ ਹਿੱਸਾ ਉਹਦੇ ਵਿੱਚ ਜਿਹਨੂੰ ਟਰਾਂਸਮਿਸ਼ਨ ਕਹਿੰਦੇ ਨੇ, ਉਹਦੇ 'ਚ 25 ਲੀਟਰ ਆਇਲ ਆਉਂਦਾ, ਅਤੇ ਹਾਈਡ੍ਰੋਲਿਕ ਆਇਲ ਜਿਹੜਾ ਹੈਗਾ ਉਹ 15 ਲੀਟਰ ਆ ਰਿਹਾ। ਬਾਕੀ ਗੇਅਰ ਲੀਵਰ ਦੇ ਸਕਦੇ ਹੋ, 4 ਗੇਅਰ ਨੇ ਜੀ, ਠੀਕ ਹੈ ਜੀ। ਅਤੇ ਇੱਕ ਰਿਵਰਸ ਹੈਗਾ, ਹਾਈ ਲੋ ਵੀ ਹੁੰਦੇ ਨੇ। ਅਤੇ ਮਰਗਾਡਾਂ ਦੇ ਉੱਤੇ ਜਨਾਬ ਟੇਕਾਂ ਬਿਹਤਰੀਨ ਲਾਈਆਂ ਗਈਆਂ ਨੇ, ਕੁਆਲਿਟੀ ਮਜ਼ਬੂਤ ਹੈ। ਬਾਕੀ ਉੱਪਰ ਤੁਹਾਨੂੰ ਦਿਖਾਉਂਦੇ ਜੀ,
ਸ਼ੀਸ਼ੇ ਸਾਰੇ ਟਰੈਕਟਰਾਂ ਦੇ ਨਾਲ ਦੋ ਦੋ ਸ਼ੀਸ਼ੇ ਦਿੱਤੇ ਗਏ ਨੇ ਤਾਂ ਕਿ ਪਿੱਛੇ ਜਨਾਬ ਡਰਾਈਵਰ ਦੇਖ ਸਕੇ ਅਤੇ ਅੱਛੇ ਤਰੀਕੇ ਨਜ਼ਰ ਪੈ ਸਕੇ। ਅਤੇ ਜਿਹੜਾ ਰੋਲ ਬਾਰ ਹੈ ਇਹ ਵੀ ਅੱਛਾ ਅਤੇ ਮਜ਼ਬੂਤ ਹੈਗਾ ਹੈ ਕਿ ਵੇਖਣ 'ਚ ਲੱਗ ਰਿਹਾ ਥੋੜ੍ਹਾ ਪਤਲਾ, ਲੇਕਿਨ ਜਦੋਂ ਮੈਂ ਇਹਨਾਂ ਨੂੰ ਚੈੱਕ ਕੀਤਾ ਤਾਂ ਕਾਫੀ ਮਜ਼ਬੂਤ ਹੈਗਾ ਸੀ, ਕੋਈ ਐਡਾ ਹਲਕਾ ਨਹੀਂ ਬਣਿਆ ਹੋਇਆ, ਮਜ਼ਬੂਤ ਬਣਿਆ ਹੋਇਆ, ਅੱਛੀ ਗੇਜ ਦਾ ਲੱਗਿਆ ਗਿਆ ਪੈਪ। ਅਤੇ ਬਾਕੀ ਜਨਾਬ ਹੈ ਜਿਹੜਾ ਨਾਲ ਹੋਲਡਰ ਦਿੱਤਾ ਗਿਆ ਜਿਹੜਾ ਟਰਾਲੀ ਨੂੰ ਲੈਟਰ ਵਗੈਰਾ ਟਰਾਲੇ ਪਿੱਛੇ ਲੱਗੀਆਂ ਹੋਣ ਉਹਦੇ ਵਾਸਤੇ ਵੀ, ਅਤੇ ਬਾਕੀ ਤੋਂ ਆਪਾਂ ਨੂੰ ਦੱਸਣਗੇ। ਬਾਕੀ ਜ਼ਿਆਦਾ ਬਾਈ ਮਜ਼ੀਦ ਟਰੈਕਟਰ ਦੇ ਫੀਚਰ ਦੇ ਬਾਰੇ ਆਪਾਂ ਨੂੰ ਦੱਸਣਗੇ। ਚੁੱਕਦੇ ਨੇ ਦਾ ਬੋਨਟ ਅਤੇ ਕੁਛ ਮਾਲੂਮਾਤ ਅਗਰ ਦਰਕਾਰ ਹੋਈ ਤਾਂ ਬਾਈ ਜ਼ਿਆਦਾ ਤੋਂ ਵੀ ਲਾਂਗੇ। ਅਸਲਾਮ ਵਾਲੇਕੁਮ ਬਾਈ ਜ਼ਿਆਦਾ, ਠੀਕ ਹੈ ਬਾਈ ਜੀ? ਸ਼ੁਕਰ ਅੱਲਾਹ ਪਾਕ ਦਾ, ਸਭ ਤੁਸੀਂ ਸੁਣਾਓ? ਸ਼ੁਕਰ ਹੈ ਜੀ ਮਾਲਕ ਦਾ, ਮਾਸ਼ਾਅੱਲਾ ਬੜੀ ਚੀਜ਼ ਲਿਆਂਦੀ ਯਾਰ ਟ੍ਰੇਡ ਇੰਪੈਕਸ ਨੇ। ਜੀ ਜੀ ਮਾਸ਼ਾਅੱਲਾ, ਆਪਣਾ ਤੁਹਾਡੇ ਸਾਹਮਣੇ ਹੀ ਹੈ, ਇਸ ਦਫ਼ਾ ਤਾਂ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਕੰਪਨੀ ਨੇ। ਬਿਲਕੁਲ, ਕਿਸਾਨ ਦਾ ਕੋਈ ਵੀ ਕੋਈ ਛੋਟਾ ਮੋਟਾ ਇਸ਼ੂ ਸੀ ਜਾਂ ਮਸਲਾ ਮਸਾਇਲ ਗਿਲਾ ਸ਼ਿਕਵਾ, ਅਤੇ ਕੰਪਨੀ ਨੇ ਮੇਰਾ ਖਿਆਲ ਹੈ ਕਿ ਇਸ ਟਰੈਕਟਰ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੁਣ ਕਹਿ ਲਓ। ਟਰੈਕਟਰ ਦਾ ਬੋਨਟ ਚੱਕਿਆ ਗਿਆ ਜੀ, ਸ਼ੋਅ ਚੱਕੀ ਗਈ ਹੈ ਤੇ ਆਪਾਂ ਦੇਖ ਸਕਦੇ ਹਾਂ ਕਿ ਫਰੰਟ ਤੇ ਜਨਾਬ ਆਪਾਂ ਨੂੰ ਸਟੀਅਰਿੰਗ ਆਇਲ ਮਿਲ ਜਾਂਦਾ, ਠੀਕ ਹੈ ਜੀ? ਇਹ ਡਰਾਈ ਬੈਟਰੀ ਤੁਹਾਨੂੰ ਪਹਿਲੇ ਵੀ ਦੱਸੀ ਹੈ, ਇਹ ਸਟੀਅਰਿੰਗ ਆਇਲ ਮਿਲ ਜਾਂਦਾ। ਅੱਗੇ ਜਨਾਬ ਇਹ ਜਾਲੀ ਦਿੱਤੀ ਹੋਈ ਰੇਡੀਏਟਰ ਦੇ ਅੱਗੇ ਤਾਂ ਕਿ ਗੱਟਾ ਗੁੱਟਾ ਜਿਹੜਾ ਹੈ ਨਾ ਉਹ ਜਨਾਬ ਇਹਦੇ ਵਿੱਚ ਰੇਡੀਏਟਰ ਦੇ ਵਿੱਚ ਜਾ ਕੇ ਰੇਡੀਏਟਰ ਨੂੰ ਬੰਦ ਨਾ ਕਰੇ। ਇਹ ਜਾਲੀ ਆਪਾਂ ਕੱਢ ਕੇ ਅਤੇ ਸਾਫ਼ ਕਰਕੇ ਅਤੇ ਦੁਬਾਰਾ ਫਿੱਟ ਕਰ ਸਕਦੇ ਹਾਂ। ਇਹ ਤਕਰੀਬਨ ਟ੍ਰੇਡ ਇੰਪੈਕਸ ਔਰ ਵਾਈਟੀਓ ਦੇ ਜਿਹੜੇ ਵੀ ਟਰੈਕਟਰ ਹੈਗੇ ਆ EX800 ਉਹ ਸਾਰਿਆਂ ਦੇ ਅੱਗੇ ਜਾਲੀ ਲੱਗੀ ਹੋਈ ਆ, ਟ੍ਰੇਡ ਇੰਪੈਕਸ ਦੇ ਜਿਹੜੇ ਵੀ ਟਰੈਕਟਰ ਹੈਗੇ ਆ। ਉਸ ਤੋਂ ਬਾਅਦ ਸਿਲਵਰ ਦੇ ਵਿੱਚ ਰੇਡੀਏਟਰ ਹੈ, ਪਿਓਰ ਸਿਲਵਰ ਦੇ ਵਿੱਚ, ਕਿਆ ਬਾਤ ਹੈ ਜਨਾਬ! ਅਤੇ ਇਹ ਬੜਾ ਅੱਛਾ ਕੰਮ ਕੀਤਾ ਗਿਆ ਹੈਗਾ ਜੀ। ਅਤੇ ਇਹਦੇ ਨਾਲ ਜਿਹੜੀ ਹੈ ਨਾ ਇੰਜਣ ਦੀ ਜਿਹੜੀ, ਯਾਨੀ ਕਿ ਪਾਣੀ ਜਲਦੀ ਠੰਡਾ ਹੋਵੇਗਾ ਅਤੇ ਇੰਜਣ ਘੱਟ ਹੀਟ ਹੋਵੇਗਾ। ਇਸ ਤੋਂ ਬਾਅਦ ਅੱਗੇ ਜਨਾਬ ਇੰਜਣ ਨੂੰ ਇੱਕ ਨਜ਼ਰ ਡਾਲ ਲਓ ਜੀ। ਅਤੇ ਜਿਹੜਾ ਵੀ ਕੰਮ ਕੀਤਾ ਹੋਇਆ ਨਾ ਬੜਾ ਸੁਥਰਾ ਕੀਤਾ ਹੋਇਆ ਇਸ ਟਰੈਕਟਰ ਦੇ ਵਿੱਚ। ਅਤੇ ਦੋ ਫਿਲਟ ਮੈਂ ਅਤੇ ਇਹ ਜਨਾਬ ਇੱਕ ਫਿਲਟਰ ਖੜ੍ਹਾ ਹੈ ਜੀ। ਉਸ ਤੋਂ ਬਾਅਦ 4 ਸਿਲੰਡਰ ਇੰਜਨ ਫਿਊਲ ਟੈਂਕ ਜਨਾਬ ਇਹ ਖੜ੍ਹਾ ਹੈ। ਅਤੇ ਇਹ ਫਿਊਲ ਟੈਂਕ ਪਿਛਲੇ ਮਾਡਲ ਵਿੱਚ ਸਿਰਫ ਇਹੀਓ ਹੈਗਾ ਸੀ ਅਤੇ ਇਹ ਹੈਵੀ ਡਿਊਟੀ ਲਗਾਇਆ ਹੋਇਆ ਹੈ। ਉਸ ਤੋਂ ਬਾਅਦ ਇਹ ਵੀ ਬੜਾ ਥੱਲੇ ਟੈਂਕ ਦਾ, ਇੱਥੋਂ ਬੰਦ ਵੀ ਕਰ ਸਕਦੇ ਹਾਂ ਅਤੇ ਇੱਥੋਂ ਆਪਾਂ ਇਹਦੇ ਵਿੱਚ ਕਚਰਾ ਵਗੈਰਾ ਅਗਰ ਆ ਜਾਂਦਾ ਤਾਂ ਉਹਨੂੰ ਵੀ ਵੇਖ ਸਕਦੇ ਹਾਂ, ਠੀਕ ਹੈ ਜੀ? ਅਤੇ ਦੋਸਤੋ ਅਗਰ ਇਹ ਜਿਹੜਾ ਜਨਾਬ ਪਹਿਲੇ ਮਾਡਲ ਉਹ ਤੇ 80 ਕਿਲੋ, ਠੀਕ ਹੈ ਜੀ, 1680 ਕਿਲੋ। ਇਸ ਟਰੈਕਟਰ ਦਾ ਵੇਟ ਅੱਗੇ ਨਾਲੋਂ ਵਧਾਇਆ ਗਿਆ ਕਿਉਂਕਿ ਚੀਜ਼ਾਂ ਦੀ ਕਾਫੀ ਤਬਦੀਲੀ ਕੀਤੀ ਗਈ ਹੈ। ਇਸ ਟਰੈਕਟਰ ਦਾ ਵੇਟ ਹੈਗਾ 1990 ਕਿਲੋ, 1990 ਕਿਲੋ ਜਨਾਬ ਇਸ ਟਰੈਕਟਰ ਦਾ ਵੇਟ ਹੈ। ਅਤੇ ਇੰਨਾ ਵੇਟ ਵਧਾਇਆ ਗਿਆ ਸਿਰਫ ਇਸੇ ਵਜ੍ਹਾ ਤੋਂ ਕਿ ਜਿਹੜੀਆਂ ਤਬਦੀਲੀਆਂ ਇਸ ਟਰੈਕਟਰ ਦੇ ਵਿੱਚ ਕੀਤੀਆਂ ਗਈਆਂ, ਠੀਕ ਹੈ ਜੀ? ਹੁਣ ਤਕਰੀਬਨ ਮੈਂ ਤੁਹਾਨੂੰ ਸਾਰੇ ਟਰੈਕਟਰ ਦੀ ਮਾਲੂਮਾਤ ਵੀ ਦੇ ਚੁੱਕਾ ਅਤੇ ਦਿਖਾ ਚੁੱਕਾ ਜੀ। ਹੁਣ ਤੁਸੀਂ ਦੱਸਣਾ ਹੈ ਕਿ ਟਰੈਕਟਰ ਤੁਹਾਨੂੰ ਕਿਹੋ ਲੱਗਾ ਔਰ ਟ੍ਰੇਡ ਇੰਪੈਕਟਸ ਨੇ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਨੇ। ਅਤੇ ਉਮੀਦ ਹੈ ਕਿ ਟਰੈਕਟਰ ਤੁਹਾਨੂੰ ਵੀ ਬਹੁਤ ਪਸੰਦ ਆਇਆ ਹੋਵੇਗਾ ਜਿਵੇਂ ਮੈਨੂੰ ਪਸੰਦ ਆਇਆ। ਇਨਸ਼ਾਅੱਲਾ ਵੀਡੀਓ ਨੂੰ ਲਾਈਕ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਮਜ਼ੀਦ ਅੱਛੀ ਅੱਛੀ ਵੀਡੀਓ ਵੇਖਣ ਵਾਸਤੇ। ਮਿਲਦੇ ਹਾਂ ਅਗਲੀ ਵੀਡੀਓ ਨਾਲ, ਅੱਲਾ ਹਾਫਿਜ਼।